ਦਰਗਾਹੋਂ ਲਿਖੀਆਂ, ਕੋਈ ਨਹੀਂ ਸਕਦਾ ਟਾਲ, ਜਿਸ ਰੱਬ ਨੇ ਦੁਨੀਆ ਸਾਜੀ ਉਸ ਤੇ ਕਾਹਦੇ ਸਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਰਮਾਤਮਾ ਤੋਂ ਕਈ ਸਵਾਲ ਪੁੱਛਦੇ ਹਾਂ ਜਾਂ ਕਰਦੇ ਹਾਂ, ਜਾਂ ਸਾਡੇ ਉੱਤੇ ਕੋਈ ਮੁਸੀਬਤ ਜਾਂ ਬਿਪਤਾ ਆਉਂਦੀ ਹੈ ਤੇ ਸਾਡੇ ਪਰਮਾਤਮਾ ਉੱਤੇ ਜਿਹੜਾ ਭਰੋਸਾ ਹੈ ਉਹ ਡਗਮਗਾ ਜਾਂਦਾ ਹੈ। ਮੈਂ ਗੱਲ ਕਰ ਰਿਹਾ ਹਾਂ ਬੀਬੀ ਰਜਨੀ ਤੇ ਉਸਦੇ ਪਿੰਗਲੇ ਪਤੀ ਦੀ ਕਹਾਣੀ ਉੱਤੇ ਬਣੀ ਇੱਕ ਸ਼ਾਨਦਾਰ ਫਿਲਮ, ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਕਾਫੀ ਜ਼ੋਰਾਂ ਸ਼ੋਰਾਂ ਨਾਲ ਸ਼ੋਹਰਤ ਹਾਸਿਲ ਕਰ ਰਹੀ ਹੈ। ਫਿਲਮ ਬੀਬੀ ਰਜਨੀ ਮੈਟ ਫੋਰ ਫਿਲਮਸ ਅਤੇ ਔਰੇਂਜ ਸਟੂਡੀਓ ਹੇਠਾਂ ਬਣੀ ਇੱਕ ਬਹੁਤ ਹੀ ਸ਼ਾਨਦਾਰ ਫਿਲਮ ਹੈ, ਜਿਨ੍ਹਾਂ ਦੇ ਡਾਇਰੈਕਟਰ ਹਨ ਅਮਰ ਹੁੰਡਲ ਜੀ ਅਤੇ ਉਹਨਾਂ ਦੇ ਪ੍ਰੋਡਿਊਸਰ ਹਨ ਨਿਤਿਨ ਤਲਵਾਰ ਜੀ ਅਤੇ ਪਿੰਕੀ ਧਾਰੀਵਾਲ ਜੀ। ਇਹ ਫਿਲਮ 30 ਅਗਸਤ 2024 ਨੂੰ ਪੰਜਾਬ ਦੇ ਤਕਰੀਬਨ ਸਾਰੇ ਥੀਏਟਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਕਿਰਦਾਰ ਵਿੱਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਸ ਬਾਜਵਾ ਅਤੇ ਪ੍ਰਦੀਪ ਚੀਮਾ ਜੀ ਨੇ ਬਹੁਤ ਹੀ ਸ਼ਾਨਦਾਰ ਅਦਾਕਾਰੀ ਕੀਤੀ ਹੈ। ਚਾਰ ਸਾਹਿਬਜ਼ਾਦਿਆਂ ਦੇ ਬਾਅਦ ਬੀਬੀ ਰਜਨੀ ਦੀ ਫਿਲਮ ਵੇਖਣ ਵਾਸਤੇ ਪਿੰਡਾਂ ਤੋਂ ਲੋਕ ਟਰਾਲੀਆਂ ਅਤੇ ਬੱਸਾਂ 'ਚ ਭਰ ਕੇ ਥੀਏਟਰ ਨੂੰ ਪਹੁੰਚ ਰਹੇ ਨੇ। ਬੀਬੀ ਰਜਨੀ ਦੇ ਪ੍ਰੀਮੀਅਰ ਸ਼ੋਅ 'ਤੇ ਪਹੁੰਚੇ ਫਿਲਮ ਦੇ ਕਲਾਕਾਰ ਆਪਣੇ ਕਿਰਦਾਰ ਨੂੰ ਪਰਦੇ 'ਤੇ ਦੇ ਕੇ ਆਪਣੇ ਹੰਝੂਆਂ ਨੂੰ ਵੀ ਰੋ ਸਕੇ। ਤੁਸੀਂ ਇਸ ਕਲਿੱਪ 'ਚ ਦੇਖ ਸਕਦੇ ਹੋ ਨਾ ਸਿਰਫ ਕਲਾਕਾਰ ਬਲਕਿ ਥੀਏਟਰ ਵਿੱਚ ਬੈਠਾ ਹਰ ਦਰਸ਼ਕ ਬੀਬੀ ਰਜਨੀ ਅਤੇ ਹੋਰ ਕਲਾਕਾਰਾਂ ਦੀ ਅਦਾਕਾਰੀ ਨੂੰ ਦੇਖ ਕੇ ਵੀ ਆਪਣੇ ਹੰਝੂਆਂ ਨੂੰ ਰੋਕ ਨਾ ਸਕੇ। ਮੇਰਾ ਇਸ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਇਹ ਫਿਲਮ ਜਿਹੜੀ ਹੈ ਪੰਜਾਬ ਜਾ ਕਰ ਇੱਕ ਆਧ ਸਟੇਟ ਹੋਰ ਛੱਡ ਕੇ ਬਾਕੀ ਦੇਸ਼ ਦੇ ਹੋਰ ਦੂਜੇ ਸਟੇਟਾਂ ਵਿੱਚ ਸ਼ਾਇਦ ਹੀ ਰਿਲੀਜ਼ ਕੀਤੀ ਜਾ ਸਕੇ, ਕਿਉਂਕਿ ਇਹ ਫਿਲਮ ਪੰਜਾਬੀ ਭਾਸ਼ਾ 'ਚ ਬਣਾਈ ਗਈ ਹੈ ਅਤੇ ਫਿਲਮ ਲਿਮਿਟਿਡ ਆਡੀਅੰਸ ਨੂੰ ਅਟਰੈਕਟ ਕਰਦੀ ਹੈ ਅਤੇ ਸ਼ਾਇਦ ਹੀ ਹੋਰ ਕਿਸੇ ਵੀ ਸਟੇਟ ਵਿੱਚ ਥੀਏਟਰ ਵਾਲੇ ਇਸ ਫਿਲਮ ਨੂੰ ਫਿਲਮਾਉਣ ਵਾਸਤੇ ਕਵਰ ਆਉਣ। ਮੇਰੀ ਇਹ ਦੇਸ਼ ਦੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੀਰਾਂ ਨੂੰ ਰਿਕੁਐਸਟ ਹੈ ਕਿ ਉਹ ਆਪਣੇ ਸ਼ਹਿਰ ਦੇ ਜਿੰਨੇ ਵੀ ਥੀਏਟਰ ਹਨ ਉਹਨਾਂ ਦੇ ਮੈਨੇਜਮੈਂਟ ਨਾਲ ਗੱਲ ਕਰਨ ਅਤੇ ਉਹਨਾਂ ਨੂੰ ਕੌਨਫੀਡੈਂਸ ਵੀ ਲੈਣ ਕਿ ਉਹਨਾਂ ਨੂੰ ਇਸ ਫਿਲਮ ਦੇ ਵਾਸਤੇ ਕਾਫੀ ਵੱਡੀ ਸੰਖਿਆ ਵਿੱਚ ਲੋਕਲ ਆਡੀਅੰਸ ਉਹਨਾਂ ਨੂੰ ਮਿਲਣ।
ਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਜਿਸ ਕਿਸੇ ਸ਼ਹਿਰ ਦੇ ਥੀਏਟਰ ਵਿੱਚ ਇਸ ਫਿਲਮ ਲਗਾਉਣ ਦਾ ਅਗਰ ਸਾਡਾ ਪ੍ਰੋਗਰਾਮ ਬਣਦਾ ਹੈ ਤੇ ਅਸੀਂ ਉਸ ਫਿਲਮ ਸਕ੍ਰੀਨ ਕਰਨ ਦਾ ਜਾਂ ਸਾਡਾ ਵਿਚਾਰ ਦੇ ਬਾਰੇ ਆਪਾਂ ਸੋਸ਼ਲ ਮੀਡੀਆ ਰਾਹੀਂ ਕਾਫੀ ਪ੍ਰਚਾਰ ਕਰੀਏ ਤੇ ਲੋਕਲ ਗੁਰਦੁਆਰੇ ਲਾਗੇ ਇੱਕ ਵੱਡਾ ਬੈਨਰ ਲਗਾ ਕੇ ਉਸ ਫਿਲਮ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਈਏ। ਇਸ ਫਿਲਮ ਨੂੰ ਆਪਾਂ ਆਪਣੇ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਦਿਖਾਈਏ ਤਾਂ ਕਿ ਉਹ ਆਪਣੇ ਵਿਰਸੇ ਨੂੰ ਪਹਿਚਾਣ ਸਕਣ ਤੇ ਪਰਮਾਤਮਾ ਦੇ ਨਾਲ ਜੁੜਨ, ਔਰਤ ਦਾ ਸਨਮਾਨ ਕਰਨ ਜੋ ਸਾਡੀ ਜਨਨੀ ਹੈ, ਔਰ ਅਸੀਂ ਉਸ ਨੂੰ ਨਮਸਕਾਰ ਕਰੀਏ। ਤੋ ਹੋਰ ਬਹੁਤ ਸਾਰੀ ਐਸੀ ਚੀਜ਼ਾਂ ਨੇ ਜੋ ਆਪਾਂ ਇਸ ਫਿਲਮ ਰਾਹੀਂ ਸਿੱਖ ਸਕਦੇ ਨੇ। ਇਹ ਫਿਲਮ ਲੋਕਾਂ 'ਤੇ ਕੀ ਪ੍ਰਭਾਵ ਪਾ ਰਹੀ ਹੈ ਅਤੇ ਲੋਕਾਂ ਦੇ ਕੀ ਵਿਊਜ਼ ਹੈ ਇਹ ਤੁਸੀਂ ਖੁਦ ਇਸ ਰਿਵਿਊਜ਼ ਵਿੱਚ ਦੇਖ ਸਕਦੇ ਹੋ। ਘੱਟੋ ਘੱਟ ਸਾਡਾ ਇਤਿਹਾਸ ਦੁਬਾਰਾ ਇਹਨਾਂ ਨੇ ਦੁਹਰਾਇਆ, ਸਾਨੂੰ ਉਸ ਚੀਜ਼ ਦੀ ਜ਼ਿਆਦਾ ਖੁਸ਼ੀ ਆ। ਬਹੁਤ ਸੋਹਣੀ ਲੱਗੀ ਆਪਣੇ ਇਤਿਹਾਸ ਬਾਰੇ। ਮੈਨੂੰ ਵਾਹਿਗੁਰੂ ਜੀ ਦਾ ਸਾਥ ਕਦੇ ਨਹੀਂ ਛੱਡਿਆ। ਰੂਪੀ ਗਿੱਲ ਦਾ ਕੰਮ, ਅਮਰ ਹੁੰਦਲ ਜੀ ਦੀ ਡਾਇਰੈਕਸ਼ਨ, ਸੋਹਣੇ, ਬਹੁਤ ਸੋਹਣੇ। ਬੀਬੀ ਰਜਨੀ ਫਿਲਮ ਕਿੱਦਾਂ ਦੀ ਲੱਗੀ ਤੁਹਾਨੂੰ? ਬਹੁਤ ਵਧੀਆ ਲੱਗੀ, ਬੜੀ ਦੇਰ ਦੇ ਬਾਅਦ ਇੰਨੀ ਵਧੀਆ ਫਿਲਮ ਅਸੀਂ ਦੇਖੀ। ਬਹੁਤ ਅੱਛੀ ਮੂਵੀ ਹੈ। ਵਿਸ਼ਵਾਸ ਜਿਹੜੀ ਨਾਮ ਦੀ ਚੀਜ਼ ਹੈਗੀ ਹੈ, ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਰੱਬ 'ਤੇ ਵਿਸ਼ਵਾਸ ਅਤੇ ਮਿਹਨਤ। ਬਹੁਤ ਵਧੀਆ ਲੱਗੀ, ਬਹੁਤ ਵਧੀਆ, ਬਹੁਤ ਵਧੀਆ ਲੱਗੀ। ਪੁਰਾਣੀ ਸਟੋਰੀ ਹੈ, ਇਤਿਹਾਸ ਹੈ ਇਹ ਪੁਰਾਣਾ, ਮਤਲਬ ਧਾਰਮਿਕ ਪਿਕਚਰ ਹੈ, ਸੜੇ ਪਰਿਵਾਰ ਦੇਖਣੀ ਚਾਹੀਦੀ ਹੈ ਸਭ ਨੂੰ। ਬਹੁਤ ਵਧੀਆ ਮੂਵੀ ਸੀ ਜੀ, ਵੈਰੀ ਇਮੋਸ਼ਨਲ, ਵੈਰੀ ਨਾਈਸ, ਵੈਰੀ ਨੌਲੇਜੇਬਲ, ਬੱਚਿਆਂ ਨੂੰ ਵੀ ਬਹੁਤ ਨੌਲੇਜ ਮਿਲੀ। ਬਹੁਤ ਵਧੀਆ ਮੂਵੀ ਹੈ ਜੀ, ਆਪਣਾ ਇਤਿਹਾਸ ਦਰਸਾ ਰਹੀ ਹੈ ਜੋ ਅੱਜ ਕੱਲ੍ਹ ਦੀ ਸਾਡੀ ਜਨਰੇਸ਼ਨ ਨੂੰ ਪਤਾ ਹੋਣਾ ਚਾਹੀਦਾ, ਉਹ ਚੀਜ਼ਾਂ ਪਤਾ ਲਵਾ ਰਹੀ ਹੈ। ਬਹੁਤ ਵਧੀਆ ਕੀਤਾ ਜਿਨ੍ਹਾਂ ਨੇ ਵੀ ਬਣਾਈ ਹੈ, ਲਿਖੀ ਹੈ ਮੂਵੀ, ਬਹੁਤ ਵਧੀਆ ਮੂਵੀ ਲੱਗੀ। ਬਹੁਤ ਵਧੀਆ ਲੱਗੀ, ਯੋਗਰਾਜ ਜੀ ਦੀ ਐਕਟਿੰਗ ਬੜੀ ਵਧੀਆ ਆਈ ਅਤੇ ਰੂਪੀ ਗਿੱਲ ਦੀ ਬਹੁਤ ਨੈਚੁਰਲ ਐਕਟਿੰਗ ਕੀਤੀ ਆ, ਬਹੁਤ ਵਧੀਆ ਲੱਗੀ। ਬਹੁਤ ਅੱਛੀ ਅਰਦਾਸ ਮੂਵੀ ਤੁਸੀਂ ਆਪਾਂ ਪਹਿਲਾਂ ਦੇਖੀ ਸੀਗੀ, ਇਹ ਬਸ ਉਹਦੀ ਕਾਪੀ ਹੈ, ਮਤਲਬ ਪਰਮਾਤਮਾ ਨਾਲ ਜੋੜਦੀ ਹੈ ਕਿ ਪਰਮਾਤਮਾ ਜਿਵੇਂ ਵੀ ਰੱਖਦਾ ਉਹਦੀ ਰਜ਼ਾ 'ਚ ਰਹਿਣਾ ਚਾਹੀਦਾ। ਇਹ ਤੋਂ ਵਧੀਆ ਮੂਵੀ ਇੰਨੀ ਇਮੋਸ਼ਨਲ ਤੇ ਇੰਨਾ ਸਬਜੈਕਟ ਵਧੀਆ ਅੱਜ ਦੇ ਸਮੇਂ ਜਿਹੜੀ ਯੂਥ ਨੂੰ ਲੋੜ ਹੈ, ਬਹੁਤ ਜ਼ਿਆਦਾ ਵਧੀਆ। ਰੂਪੀ ਗਿੱਲ ਦਾ ਕੰਮ ਕਿੱਦਾਂ ਦਾ ਲੱਗਿਆ ਫਿਲਮ ਦੇ ਜੋ ਲੀਡ ਐਕਟਰ ਹੈ? ਇਹਦੂ ਉੱਪਰ ਦੀ ਕੋਈ ਕੰਮ ਹੀ ਨਹੀਂ ਕਰ ਸਕਦਾ, ਉਹ ਇੰਨਾ ਸੋਹਣਾ ਕੰਮ ਕੀਤਾ, ਸਭ ਨੇ ਆਪਣਾ ਆਪਣਾ ਕਿਰਦਾਰ ਬਹੁਤ ਸੋਹਣਾ ਨਿਭਾਇਆ। ਹਰੇਕ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ, ਬਹੁਤ ਸੋਹਣੀ ਹੈ। ਮੈਂ ਤਾਂ 100 ਦਾ 100 ਹੀ ਦੇ ਦੂੰ। 10 ਦਾ 10, ਜਿੰਨੇ ਮਰਜ਼ੀ ਦੇ ਦਿਓ। 5 ਚੋਂ 6 ਹੀ ਦੇਵਾਂਗੇ ਜੀ, ਫੁੱਲ ਪਟਾ ਫੁੱਲ ਜੀ, 5 ਹੀ ਦੇਵਾਂਗੇ ਜੀ। ਮੇਰੀ ਆਪ ਜੀ ਨੂੰ ਇਹ ਗੁਜ਼ਾਰਿਸ਼ ਹੈ ਕਿ ਇਸ ਮੈਸੇਜ ਜਾਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਮੇਰਾ ਇਹ ਜਿਹੜਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਇਹ ਪੂਰਾ ਹੋ ਸਕੇ ਅਤੇ ਦੇਸ਼ ਦਾ ਬੱਚਾ ਬੱਚਾ ਇਸ ਫਿਲਮ ਨੂੰ ਦੇਖ ਸਕੇ। ਅਤੇ ਜੇ ਇਹ ਵੀਡੀਓ ਇਸ ਫਿਲਮ ਦੇ ਪ੍ਰੋਡਿਊਸਰ ਤੱਕ ਪਹੁੰਚ ਰਹੀ ਆ ਤਾਂ ਮੇਰੀ ਉਹਨਾਂ ਨਾਲ ਇੱਕ ਰਿਕੁਐਸਟ ਹੈ ਕਿ ਇਸ ਫਿਲਮ ਨੂੰ ਦੂਜੀਆਂ ਭਾਸ਼ਾ 'ਚ ਵੀ ਡਬ ਕੀਤਾ ਜਾਵੇ ਤਾਂ ਕਿ ਇਹ ਫਿਲਮ ਮਾਸ ਲੋਕਾਂ ਤੱਕ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।